ਗੇਲਾ ਦਾ ਨਾਮ ਸੁਣ ਕੇ ਅਕਸਰ ਲੋਕੀ ਤੌਬਾ ਕਰਦੇ ਆ ਤੇ ਰੱਬ ਅੱਗੇ ਅਰਦਾਸ ਕਰਦੇ ਆ ਕਿ ਰੱਬਾ ਕਦੀ ਵੀ ਸਾਨੂੰ ਇਸ ਰਾਹ ਤੇ ਪੈਰ ਨਾ ਖੋਣਾ ਪੈ ਜਾਵੇ। ਆਪਣੇ ਸਮਾਜ ਵਿੱਚ ਕਈ ਜਣਿਆਂ ਤੇ ਨਜਾਇਜ਼ ਕੇਸ ਨਜਾਇਜ਼ ਪਰਚੇ ਹੋ ਜਾਂਦੇ ਆ ਤੇ ਉਹਨਾਂ ਨੂੰ ਅਕਸਰ ਜੇਲ੍ਹ ਦੀ ਯਾਤਰਾ ਕਰਨੀ ਪੈ ਜਾਂਦੀ ਆ। ਉਹ ਲੋਕ ਫਿਰ ਸੋਚਦੇ ਆ ਕਿ ਸਾਡੇ ਲਈ ਤਾਂ ਸਾਰੇ ਰਾਹ ਬੰਦ ਹੋ ਗਏ, ਹੁਣ ਅਸੀਂ ਕੀ ਕਰਾਂਗੇ, ਜੇ ਬਾਹਰ ਆਵਾਂਗੇ ਤਾਂ ਲੋਕੀ ਸਾਡੇ ਬਾਰੇ ਕੀ ਸੋਚੂਗੇ, ਲੋਕਾਂ ਦੇ ਵਿੱਚ ਸਾਡੇ ਲਈ ਕੀ ਛਵੀ ਹੋਊਗੀ। ਇਸ ਤਰ੍ਹਾਂ ਦਾ ਹੀ ਇੱਕ ਕੇਸ ਸਾਹਮਣੇ ਆਉਂਦਾ ਕਿ ਜਿਹੜਾ ਆਪਣੇ ਪੂਰੇ ਦੇਸ਼ ਨੂੰ ਚੁਕਾ ਕੇ ਰੱਖ ਦਿੰਦਾ ਕਿ ਕਿਵੇਂ ਇੱਕ ਤਿਹਾੜ ਜੇਲ੍ਹ ਦਾ ਕੈਦੀ IAS ਬਣ ਜਾਂਦਾ। ਤਿਹਾੜ ਜੇਲ੍ਹ ਤੁਹਾਨੂੰ ਵੀ ਪਤਾ ਹੋਣਾ ਕਿ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਮੰਨੀ ਜਾਂਦੀ ਆ ਤੇ ਉੱਥੇ ਤਰ੍ਹਾਂ ਤਰ੍ਹਾਂ ਦੇ ਕੈਦੀ ਆ। ਆਪਣੀ ਸੁਸਾਇਟੀ ਸੋਚ ਲੈਂਦੀ ਕਿ ਜੇ ਹੁਣ ਇਹ ਤਿਹਾੜ ਜੇਲ੍ਹ ਤੋਂ ਬਾਹਰ ਆਇਆ ਆ ਤੇ ਇਹਦੇ ਕਿੱਦਾਂ ਕਿੱਦਾਂ ਦੇ ਕਨੈਕਸ਼ਨ ਹੋਣਗੇ, ਆਓ ਆਪਾਂ ਸਾਰੀ ਗੱਲ ਕਰਦੇ ਹਾਂ ਵੀਡੀਓ ਦੇ ਵਿੱਚ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਰਾਹੁਲ, ਤੁਸੀਂ ਦੇਖਦੇ ਪਏ ਆ ਪੰਜਾਬੀ ਮਿਕਸਟੇਪ ਚੈਨਲ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਉਹ ਆਪਾਂ ਗੱਲ ਸ਼ੁਰੂ ਕਰਦੇ ਹਾਂ ਟੌਪਿਕ ਦੀ। ਗੱਲ ਸ਼ੁਰੂ ਹੁੰਦੀ ਆ ਸਾਲ 2003 ਦੀ ਤੇ ਇੱਕ ਕੁੜੀ ਸੁਸਾਈਡ ਕਰ ਲੈਂਦੀ ਆ ਤੇ ਜਦੋਂ ਪੁਲਿਸ ਦੁਆਰਾ ਇਨਵੈਸਟੀਗੇਸ਼ਨ ਹੁੰਦੀ ਆ ਉਹਨਾਂ ਨੂੰ ਇੱਕ ਸੁਸਾਈਡ ਨੋਟ ਮਿਲਦਾ ਜਿਹਦੇ ਵਿੱਚ ਉਹਨੇ ਸਾਰਾ ਕੁਝ ਲਿਖਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਸਾਰੀ ਕਹਾਣੀ ਪਤਾ ਲੱਗਦੀ ਆ। ਇੱਕ ਨੀਤਾ ਨਾਮ ਦੀ ਕੁੜੀ, ਵੈਸੇ ਮੈਂ ਵੀਡੀਓ ਦੇ ਵਿੱਚ ਨਾਮ ਬਦਲਦਾ, ਮੈਂ ਅਸਲ ਵਿੱਚ ਨਾਮ ਕੁਛ ਹੋਰ ਆ, ਮੈਂ ਵੀਡੀਓ ਦੇ ਵਿੱਚ ਨੀਤਾ ਨਾਮ ਵਰਤਦਾ ਪਿਆ। ਇੱਕ ਨੀਤਾ ਨਾਮ ਦੀ ਕੁੜੀ ਜਿਹੜੀ ਕਿ ਦਿੱਲੀ ਦੇ ਸਾਬਰਮਲ ਕਾਲਜ ਵਿੱਚ ਪੜ੍ਹਦੀ ਹੁੰਦੀ ਆ, ਉਹ ਕੈਮਿਸਟਰੀ ਦੀਆਂ ਟਿਊਸ਼ਨ ਕਲਾਸਿਸ ਜੁਆਇਨ ਕਰਦੀ ਆ ਤੇ ਜਿਹੜਾ ਸਰ ਵਾ ਉਹਦਾ ਨਾਮ ਹੁੰਦਾ ਅਸ਼ੋਕ ਰਾਏ ਉਸ ਅਮਿਤ, ਉਹਦੀ ਉਮਰ 29 ਸਾਲ ਦੀ ਤੇ ਉਹ UPSC ਦੀ ਤਿਆਰੀ ਕਰਦਾ ਹੁੰਦਾ ਤੇ ਨਾਲ ਨਾਲ ਟਿਊਸ਼ਨ ਕਲਾਸਿਸ ਪੜ੍ਹਾਉਂਦਾ ਕੈਮਿਸਟਰੀ ਦੀਆਂ ਤੇ ਜਦੋਂ ਟਿਊਸ਼ਨ ਪੜ੍ਹਦੀ ਹੁੰਦੀ ਆ ਤੇ ਉਹਨੂੰ ਐਕਸਟਰਾ ਕਲਾਸਿਸ ਲਈ ਕਹਿੰਦਾ ਤੇ ਉਹ ਵੀ ਮੰਨ ਜਾਂਦੀ ਆ ਤੇ ਹੌਲੀ ਹੌਲੀ ਇਹਨਾਂ ਦੇ ਵਿੱਚ ਨਜ਼ਦੀਕੀਆਂ ਆਉਣੀਆਂ ਸਟਾਰਟ ਹੋ ਜਾਂਦੀਆਂ, ਇਹ ਰਿਲੇਸ਼ਨ ਵਿੱਚ ਆ ਜਾਂਦੇ ਆ ਤੇ ਹੋਰ ਜ਼ਿਆਦਾ ਨਜ਼ਦੀਕੀਆਂ ਆ ਜਾਂਦੀਆਂ। ਫਿਰ ਦਿਨ ਆਉਂਦਾ 14 ਅਪ੍ਰੈਲ 2003 ਦਾ, ਨੀਤਾ ਆਪਣੇ ਘਰੇ ਹੁੰਦੀ ਆ ਤੇ ਉਹਦੀ ਜ਼ਿਆਦਾ ਸਿਹਤ ਖਰਾਬ ਹੋ ਜਾਂਦੀ ਆ ਤੇ ਉਹਦੇ ਭਰਾ ਨੂੰ ਜਦੋਂ ਪਤਾ ਲੱਗਦਾ ਕਿ ਉਹਦੀ ਸਿਹਤ ਖਰਾਬ ਹੋਈ ਆ ਤੇ ਉਹ ਉਹਦੇ ਕਮਰੇ ਵਿੱਚ ਜਾਂਦਾ ਤੇ ਉਹਨੂੰ ਪੁੱਛਦਾ ਕਿ ਕੀ ਹੋਇਆ ਤੇ ਉਹ ਉਹਨੂੰ ਸਾਰਾ ਦੱਸ ਦਿੰਦੀ ਆ ਕਿ ਕਿਵੇਂ ਉਹਦਾ ਅਸ਼ੋਕ ਨਾਲ ਰਿਲੇਸ਼ਨ ਆ ਤੇ ਕਿੱਦਾਂ ਕਿੱਦਾਂ ਉਹਨਾਂ ਦੀਆਂ ਨਜ਼ਦੀਕੀਆਂ ਆਈਆਂ ਤੇ ਉਹ ਸਾਰਾ ਦੱਸ ਦਿੰਦੀ ਕਿ ਕਿੱਦਾਂ ਉਹ ਹੁਣ ਉਹਦੀ ਲਾਈਫ ਖਰਾਬ ਕਰ ਰਿਹਾ ਆ ਤੇ ਉਹਨੂੰ ਕੌਂਟਰਾਸੈਪਟਿਵ ਪਿਲਸ ਖਾਣ ਲਈ ਮਜਬੂਰ ਕਰ ਰਿਹਾ ਤੇ ਉਹਦੀ ਲਾਈਫ ਖਰਾਬ ਹੋਈ ਪਈ ਆ, ਉਸ ਤੋਂ ਹੁਣ ਕੋਈ ਚਾਰਾ ਨਹੀਂ ਤੇ ਉਹਨੇ ਸਲਫਾਸ ਖਾ ਲਈ ਆ ਤੇ ਜਦੋਂ ਉਹਦੇ ਭਰਾ ਨੂੰ ਸਾਰਾ ਕੁਝ ਪਤਾ ਲੱਗਦਾ ਤੇ ਉਹ ਉਹਨੂੰ ਹਸਪੀਟਲ ਲੈ ਜਾਂਦਾ ਤੇ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਪੁਲਿਸ ਨੇਤਾ ਦੇ ਬਿਆਨ ਲੈਣ ਆਉਂਦੀ ਆ ਪਰ ਨੇਤਾ ਦੀ ਸਿਹਤ ਜ਼ਿਆਦਾ ਖਰਾਬ ਹੋਈ ਹੁੰਦੀ ਹੈ ਤੇ ਡਾਕਟਰ ਬਿਆਨ ਦੇਣ ਲਈ ਮਨਾ ਕਰ ਦਿੰਦੇ ਕਿ ਉਹ ਬਿਆਨ ਨਹੀਂ ਦੇ ਸਕਦੀ ਤੇ ਇੰਨੇ ਨੂੰ ਹੀ ਉਹਦੀ ਡੈਥ ਹੋ ਜਾਂਦੀ ਆ ਤੇ ਉਹਦੇ ਜਿਹੜੇ ਭਰਾ ਹੁੰਦਾ ਉਹਦੇ ਬਿਆਨ ਲੈ ਕੇ ਪੁਲਿਸ ਚਲੀ ਜਾਂਦੀ ਆ ਸਾਰੇ ਤੇ ਜਦੋਂ ਇਨਵੈਸਟੀਗੇਸ਼ਨ ਸਟਾਰਟ ਹੁੰਦੀ ਆ ਤੇ ਉਹਨਾਂ ਨੂੰ ਸੁਸਾਈਡ ਨੋਟ ਮਿਲਦਾ ਆ ਨੇਤਾ ਦੇ ਕਮਰੇ ਵਿੱਚੋਂ ਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਕਿਵੇਂ ਉਹ ਅਸ਼ੋਕ ਦੇ ਨਾਲ ਉਹਦਾ ਰਿਲੇਸ਼ਨ ਸੀਗਾ ਤੇ ਉਹ ਕਿੱਦਾਂ ਕਿੱਦਾਂ ਉਹਨਾਂ ਦੇ ਵਿੱਚ ਨਜ਼ਦੀਕੀਆਂ ਆਈਆਂ ਤੇ ਉਹ ਉਹਨੂੰ ਕੌਂਟਰਾਸੈਪਟਿਵ ਪਿਲਸ ਖਾਣ ਲਈ ਮਜਬੂਰ ਕਰਦਾ ਪਿਆ, ਈਵਨ ਕਿ ਇੱਥੇ ਤੱਕ ਕਿ ਉਹ ਥਰਡ ਪਰਸਨ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਲਈ ਵੀ ਮਜਬੂਰ ਕਰਦਾ ਪਿਆ। ਉਸ ਕੋਲ ਹੁਣ ਮਰਨ ਲਈ ਕੋਈ ਆਪਸ਼ਨ ਨਹੀਂ ਹੈਗੀ ਤੇ ਉਹ ਸੁਸਾਈਡ ਕਰ ਰਹੀ ਆ, ਸਲਫਾਸ ਖਾ ਰਹੀ ਆ ਤੇ ਇਸ ਆਧਾਰ ਤੇ ਪੁਲਿਸ ਅਸ਼ੋਕ ਨੂੰ ਅਰੈਸਟ ਕਰ ਲੈਂਦੀ ਹੈ। ਮਾਮਲਾ ਕੋਰਟ ਵਿੱਚ ਪਹੁੰਚ ਜਾਂਦਾ ਤੇ ਅਮਿਤ ਦੇ ਖਿਲਾਫ ਅਬਿਟਮੈਂਟ ਟੂ ਸੁਸਾਈਡ ਤੇ ਰੇਪ ਕੇਸ ਪੈ ਜਾਂਦਾ ਤੇ ਉਸ ਦੇ ਆਧਾਰ ਤੇ ਉਹਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਤੇ ਤਿਹਾੜ ਜੇਲ੍ਹ ਜਾ ਕੇ ਉਹ 4-5 ਮਹੀਨੇ ਕੱਢਦਾ ਤੇ ਉਸ ਤੋਂ ਬਾਅਦ ਫਿਰ ਦੁਬਾਰਾ UPSC ਦੀ ਤਿਆਰੀ ਸ਼ੁਰੂ ਕਰ ਦਿੰਦਾ। ਜੇਲਰ ਵੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਸੀਗਾ ਕਿ ਬਾਕੀਆਂ ਕੈਦੀਆਂ ਨਾਲੋਂ ਇਹਦਾ ਬਿਹੇਵ ਵੱਖਰਾ ਆ ਤੇ ਉਹ ਵੀ ਉਹ ਪੂਰੀ ਉਹਦੀ ਹੈਲਪ ਕਰਦਾ ਤੇ ਲਾਇਬ੍ਰੇਰੀ ਵਿੱਚੋਂ ਬੁੱਕਸ ਇਸ਼ੂ ਕਰਾ ਕੇ ਦਿੰਦਾ ਤੇ ਪ੍ਰਸ਼ਾਸਨ ਉਹਦੀ ਪੂਰੀ ਤਰ੍ਹਾਂ ਹੈਲਪ ਕਰਦਾ। ਅਮਿਤ ਨੇ ਵੀ ਆਪਣੇ ਕੇਸ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਅਪੀਲ ਕਰ ਦਿੱਤੀ ਸੀ ਪਰ ਇਹ ਸਭ ਚੱਲਦੇ ਚੱਲਦੇ 5 ਸਾਲ ਬੀਤ ਚੁੱਕੇ ਸੀਗੇ ਤੇ ਸਾਲ ਆ ਜਾਂਦਾ 2008 ਦਾ ਤੇ ਜਦੋਂ UPSC ਦਾ ਫਾਰਮ ਨਿਕਲਦਾ ਆ, ਅਮਿਤ UPSC ਦਾ ਫਾਰਮ ਭਰ ਦਿੰਦਾ ਆ ਤੇ ਜਦੋਂ ਪਹਿਲੀ ਵਾਰ ਪੈਰੋਲ ਲੈ ਕੇ ਬਾਹਰ ਆਉਂਦਾ ਤੇ ਉਹ ਸਿਰਫ ਐਗਜ਼ਾਮ ਦੇਣ ਜਾਂਦਾ ਆ ਤੇ ਜਦੋਂ ਐਗਜ਼ਾਮ ਕਲੀਅਰ ਹੋ ਜਾਂਦਾ ਤੇ ਉਹਨੂੰ ਦੂਜੀ ਪੈਰੋਲ ਮਿਲਦੀ ਆ ਇੰਟਰਵਿਊ ਦੇਣ ਲਈ ਤੇ ਜਦੋਂ ਇੰਟਰਵਿਊ ਦਾ ਰਿਜ਼ਲਟ ਆਉਂਦਾ ਸਾਰੇ ਦੇ ਕੇ ਹੈਰਾਨ ਹੋ ਜਾਂਦੇ ਆ ਤੇ ਖੁਸ਼ ਵੀ ਹੁੰਦੇ ਆ ਕਿ ਕਿਵੇਂ ਉਹਨੇ ਜੇਲ੍ਹ ਦੇ ਵਿੱਚ ਰਹਿ ਕੇ UPSC ਦਾ ਰੈਂਕ ਇੰਨਾ ਵਧੀਆ ਹਾਸਲ ਕੀਤਾ, ਇੰਨੇ ਵਧੀਆ ਨੰਬਰ ਆਏ ਤੇ ਉਹ IAS ਦਾ ਰੈਂਕ ਉਹਨੂੰ ਮਿਲਣਾ ਤੈਅ ਸੀਗਾ ਤੇ ਜਿੱਦਾਂ ਅਮਿਤ ਨੇ ਵੀ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਹੋਈ ਸੀ ਆਪਣੇ ਕੇਸ ਦੇ ਅਗੇਂਸਟ ਤੇ ਹਾਈ ਕੋਰਟ ਦੀ ਜਿਹੜੀ ਸੁਣਵਾਈ ਸੀ ਉਹ ਵੀ ਤੇਜ਼ ਹੋ ਜਾਂਦੀ ਆ। ਇਸ ਤਰ੍ਹਾਂ ਹੀ ਦਿੱਲੀ ਹਾਈ ਕੋਰਟ ਵਿੱਚ ਇਸ ਕੇਸ ਨੂੰ ਲੈ ਕੇ ਵਕੀਲਾਂ ਦੀ ਵੱਖਰੇ ਵੱਖਰੇ ਤਰੀਕੇ ਨਾਲ ਬਹਿਸ ਹੋਈ, ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ, ਪਰ ਜੱਜਮੈਂਟ ਕੁਛ ਇਸ ਤਰ੍ਹਾਂ ਆਉਂਦੀ ਆ ਕਿ ਸੁਸਾਈਡ ਨੋਟ ਚੰਗੀ ਤਰ੍ਹਾਂ ਪੜ੍ਹਿਆ ਜਾਂਦਾ ਆ। ਬਹੁਤ ਦਲੀਲਾਂ ਪੇਸ਼ ਹੁੰਦੀਆਂ ਜਦੋਂ ਸੁਸਾਈਡ ਨੋਟ ਚੰਗੀ ਤਰ੍ਹਾਂ ਪੜ੍ਹਿਆ ਜਾਂਦਾ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਉਹ ਕੌਂਟਰਾਸੈਪਟਿਵ ਪਿਲਸ ਲੈ ਰਹੀ ਆ ਤੇ ਉਹਨੂੰ ਖੁਦ ਨੂੰ ਪਤਾ ਕਿ ਕੌਂਟਰਾਸੈਪਟਿਵ ਪਿਲਸ ਕਿਉਂ ਲਈਆਂ ਜਾਂਦੀਆਂ ਤੇ ਫਿਰ ਵੀ ਦੋਵਾਂ ਵਿੱਚ ਰਿਲੇਸ਼ਨ ਚੱਲਦਾ ਪਿਆ ਸੀਗਾ। ਹਾਈ ਕੋਰਟ ਨੇ ਕਿਹਾ ਕਿ ਰਿਲੇਸ਼ਨ ਦੋਵਾਂ ਵੱਲੋਂ ਸੀਗਾ ਤੇ ਕੋਈ ਨਜ਼ਦੀਕੀਆਂ ਨੇਤਾ ਦੇ ਵੱਲੋਂ ਖੁਦ ਸੀਗੀਆਂ ਤੇ ਇਹਨਾਂ ਵੀ ਹਾਈ ਕੋਰਟ ਨੇ ਕਿਹਾ ਕਿ ਦੋਵੇਂ 21 ਸਾਲ ਤੋਂ ਜ਼ਿਆਦਾ ਏਜ ਦੇ ਸੀਗੇ ਤੇ ਉਹਨਾਂ ਨੂੰ ਖੁਦ ਨੂੰ ਪਤਾ ਸੀਗਾ ਕਿ ਉਹ ਕੀ ਕਰਦੇ ਪਏ ਕੀ ਨਹੀਂ ਕਰਦੇ ਪਏ ਤੇ ਕੋਈ ਇੱਦਾਂ ਦਾ ਸਬੂਤ ਵੀ ਨਹੀਂ ਮਿਲਿਆ ਕਿ ਅਮਿਤ ਨੇ ਖੁਦ ਉਹਨੂੰ ਸਲਫਾਸ ਲਿਆ ਕੇ ਦਿੱਤੀ ਹੋਵੇ ਜਾਂ ਸੁਸਾਈਡ ਕਰਨ ਦੇ ਵਿੱਚ
ਉਹਦੇ ਯੂਪੀਐਸਸੀ ਦੇ ਮਾਰਕਸ ਚੈੱਕ ਕੀਤੇ ਕਿ ਇੰਨੇ ਵਧੀਆ ਮਾਰਕਸ ਸੀਗੇ ਤੇ ਉਹਦੀ ਸਾਰੀ ਸਜ਼ਾ ਮਾਫ ਕਰ ਦਿੱਤੀ ਗਈ। ਜਿੱਦਾਂ ਹੀ ਇਸ ਕੇਸ ਦੀ ਡਿਟੇਲ ਬਾਹਰ ਆਉਂਦੀ ਆ ਕਿ ਇੱਕ ਤਿਹਾੜ ਜੇਲ੍ਹ ਦਾ ਕੈਦੀ ਜਿਹਦੇ ਤੇ ਰੇਪ ਕੇਸ ਚੱਲਦਾ ਹੋਵੇ ਉਹਦੀ ਸਜ਼ਾ ਮਾਫ ਕਰ ਦਿੱਤੀ ਆ, ਤੇ ਵੁਮੈਨ ਆਰਗੇਨਾਈਜੇਸ਼ਨਸ ਦੇ ਕਈ ਗਰੁੱਪਸ ਨੇ ਚੀਫ ਜਸਟਿਸ ਜਿਹੜੇ ਹਾਈ ਕੋਰਟ ਦੇ ਸੀਗੇ ਉਹਨਾਂ ਨੂੰ ਇਸ ਕੇਸ ਦੀ ਦੁਬਾਰਾ ਰਿਵਿਊ ਕਰਨ ਦੀ ਮੰਗ ਕੀਤੀ। ਉਹਨਾਂ ਦਾ ਕਹਿਣਾ ਸੀਗਾ ਕਿ ਜੇ ਕੋਈ ਯੂਪੀਐਸਸੀ ਕਲੀਅਰ ਕਰ ਲੈਂਦਾ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਸਜ਼ਾ ਮਾਫ ਕਰ ਦਿੱਤੀ ਜਾਵੇ। ਇਸ ਦੇ ਨਾਲ ਹੀ ਇਹ ਕੇਸ NCW ਜਾਣੀ ਕਿ ਨੈਸ਼ਨਲ ਕਮਿਸ਼ਨ ਆਫ ਵੁਮੈਨ ਇਹ ਕੇਸ ਨੂੰ ਸੁਪਰੀਮ ਕੋਰਟ ਵਿੱਚ ਪਹੁੰਚਾ ਦਿੰਦੀ ਹੈ ਤੇ ਸਾਲ ਆ ਜਾਂਦਾ 2010 ਤੇ ਜਦੋਂ ਸੁਪਰੀਮ ਕੋਰਟ ਇਹ ਕੇਸ ਦੇ ਫੈਸਲਾ ਸੁਣਾਉਂਦੀ ਹੈ ਤੇ ਉਹ ਬਿਲਕੁਲ ਵੀ NCW ਦੇ ਪੱਖ ਵਿੱਚ ਨਹੀਂ ਹੁੰਦਾ ਤੇ ਸੁਪਰੀਮ ਕੋਰਟ NCW ਨੂੰ ਫਟਕਾਰ ਲਗਾਉਂਦੀ ਹੈ ਕਿ ਕਿਸੇ ਵੀ ਕੇਸ ਵਿੱਚ ਤੁਸੀਂ ਥਰਡ ਪਾਰਟੀ ਅਪੀਲ ਕਰਨ ਦਾ ਤੁਹਾਡਾ ਕੋਈ ਰਾਈਟ ਨਹੀਂ ਆ। ਤੇ ਇਸ ਨਾਲ ਹੀ ਅਸ਼ੋਕ ਰਾਏ ਨੂੰ ਰਾਹਤ ਮਿਲ ਜਾਂਦੀ ਹੈ ਤੇ ਉਹ ਆਪਣੀ ਟ੍ਰੇਨਿੰਗ ਕਰਨ ਲਈ ਲਬਾਸਨਾ ਚਲ ਜਾਂਦੇ ਆ, ਲਬਾਸਨਾ ਜਿੱਥੇ ਕਿ IAS IPS ਦੀ ਟ੍ਰੇਨਿੰਗ ਚੱਲਦੀ ਆ। ਅਸ਼ੋਕ ਰਾਏ ਇਸ ਟਾਈਮ IAS ਦੀ ਡਿਊਟੀ ਨਿਭਾ ਰਿਹਾ, ਜਿਸ ਹਿਸਾਬ ਨਾਲ ਉਹਨਾਂ ਦੇ ਮਾਰਕਸ ਆਏ ਸੀਗੇ ਤੇ IAS ਕੈਡਰ ਉਹਨਾਂ ਨੂੰ ਮਿਲ ਗਿਆ ਸੀਗਾ ਟ੍ਰੇਨਿੰਗ ਤੋਂ ਬਾਅਦ, ਤੇ ਇਸ ਟਾਈਮ ਉਹ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਆ, ਉਹਨਾਂ ਨੇ ਆਪਣੀ ਕੋਈ ਵੀ ਪਹਿਚਾਣ ਸੋਸ਼ਲ ਮੀਡੀਆ ਤੇ ਨਹੀਂ ਰੱਖੀ, ਉਹ ਇਸ ਚੀਜ਼ਾਂ ਤੋਂ ਬਹੁਤ ਦੂਰ ਆ ਤੇ ਆਪਣੀ ਕਿਤੇ ਨਾ ਕਿਤੇ ਡਿਊਟੀ ਨਿਭਾ ਰਹੇ ਆ। ਤੇ ਤੁਹਾਡਾ ਇਸ ਕੇਸ ਦੇ ਨਾਲ ਕੀ ਸੋਚਣੀ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ ਕਿ ਕੋਰਟ ਦਾ ਫੈਸਲਾ ਤੁਹਾਨੂੰ ਕਿੱਦਾਂ ਲੱਗਾ ਜਾਂ NCW ਦੀ ਜਿਹੜੀ ਐਂਟਰੀ ਸੀ ਉਹ ਤੁਹਾਨੂੰ ਕਿੱਦਾਂ ਲੱਗੀ, ਵੁਮੈਨ ਆਰਗੇਨਾਈਜੇਸ਼ਨ ਦੀ ਐਂਟਰੀ ਤੁਹਾਨੂੰ ਕਿੱਦਾਂ ਲੱਗੀ, ਕੀ ਤੁਹਾਨੂੰ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ। ਤੇ ਨਾਲੇ ਇੱਕੋ ਇੱਕ ਕੇਸ ਹੈਗਾ ਜਿਹੜਾ ਕਿ ਜੇਲ੍ਹ ਦੇ ਵਿੱਚ ਇੰਨੀ ਵੱਡੀ ਤਿਆਰੀ ਕਰਕੇ ਨਿਕਲਿਆ। UPSC ਕਰੈਕ ਕਰਨਾ ਸੌਖੀ ਗੱਲ ਨਹੀਂ ਆ, ਤੇ ਆਪਣੇ ਤਾਂ ਕਈ ਕਹਿ ਦਿੰਦੇ ਆ ਕਿ ਆਪਾਂ ਇੰਸਟੀਚਿਊਟਸੋਂ ਬਿਨਾਂ ਕਰੈਕ ਨਹੀਂ ਕਰ ਸਕਦੇ UPSC, ਤੇ ਬਸ ਸਿਰਫ ਲਗਨ ਹੋਣੀ ਚਾਹੀਦੀ ਆ ਤੇ ਆਪਾਂ ਕਰੈਕ ਕਰ ਸਕਦੇ ਹਾਂ। ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਤੁਸੀਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ, ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਪਾਂ ਕਿਸੇ ਨਵੇਂ ਟੌਪਿਕ ਤੇ ਨਵੀਂ ਕਹਾਣੀ ਵਿੱਚ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਧੰਨਵਾਦ।